हेलो जी, सत श्री अकाल। की हाल चाल ने तुहाडे? उम्मीद करदा कि तुसी बहुत वधिया होवोगे। सो हुण मैं नहा के चाह चुह पी के जमा तैयार हो के हुण मैं चलिया जी खेत अज, क्योंकि खेतों मेरे फ्रेंड का फोन आया, बोलता सी की करदा। मैं कुछ नहीं कर रही अज, तां कहिंदा सी आ जा अपने कोल, आपां इत्थे गल्लां बातां करदे हाँ। सो हुण मैं तुहानूं खेत लै के चलिया, उत्थे जा के असीं गल्लां बातां करांगे, तुहाडे नाल सांझियां करांगे, ते तुसी साडे व्लॉग नाल बने रहो। धन्यवाद। ਹਾਂਜੀ ਦੋਸਤੋ, ਆਪਾਂ ਪਹੁੰਚ ਗਏ ਖੇਤ ਤੇ ਆ ਜਿਹੜਾ ਅੱਜ ਆਪਦੇ ਫਰੈਂਡ ਕੋਲੇ ਆਇਆ, ਇਸ ਬਾਈ ਕੋਲੇ ਝੋਨਾ ਵੀ ਬੀਜਿਆ, ਇਹਦੇ ਕੋਲੇ ਨਰਮਾ ਵੀ ਹੈਗਾ ਤੇ ਇਹਨੇ ਐਤਕੀ ਬੀਜੀ ਹੈ ਕਪਾਹ। ਸੋ ਇਹਦੀ ਕਪਾਹ ਹੈ ਜਿਹੜੇ ਬਹੁਤ ਵਧੀਆ ਹੈ, 8 ਕੁਇੰਟਲ ਬਿੱਕੇ ਦੀ ਔਸਤ ਪਾਊਗੀ। ਤੇ ਇਹ ਤਾਂ ਕਹਿੰਦਾ ਜੀ ਨਰਮੇ ਨਾਲੋਂ ਕਪਾਹ ਬਹੁਤ ਵਧੀਆ ਹੈ, ਕਿਉਂਕਿ ਨਰਮੇ 'ਚ ਗੁਲਾਬੀ ਸੁੰਡੇ ਅਟੈਕ ਜ਼ਿਆਦਾ ਹੈ ਤਕੜੇ, ਕਪਾਹ 'ਚ ਬਿਲਕੁਲ ਵੀ ਨਹੀਂ ਆ। ਤੇ ਹੁਣ ਮੈਂ ਤੁਹਾਨੂੰ ਉਹਦੇ ਕੋਲ ਜਾਂਦਾ, ਉਹਦੇ ਨਾਲ ਮੈਂ ਅਸੀਂ ਕਪਾਹ ਦੀ ਵੀਡੀਓ ਬਣਾਵਾਂਗੇ, ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਾਂ ਬਾਤਾਂ। ਸੋ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ। ਆਪਾਂ ਪਹੁੰਚ ਗਏ ਜੀ ਖੇਤ, ਆਹ ਦੇਖ ਲਓ ਕਪਾਹ ਹੈ ਜੀ, ਉਹ ਵੇਖੋ ਕੱਦੇ ਦਾ, ਖਿੜੀ ਵੀ ਦੇਖ ਲਓ ਤੁਸੀਂ, ਜਮਾਂ ਚਿੱਟੀ ਹੋਈ ਪਈ ਆ। ਕਹਿੰਦੇ ਆ ਕਿ ਚੁਗਾਰੇ ਮਿਲ ਨਹੀਂ ਰਹੇ, ਚੁਗਦਾ ਨਹੀਂ ਕੋਈ, ਫਿਰ ਆਪਦਾ ਪਰਿਵਾਰ ਹੀ ਲੱਗਿਆ ਪਿਆ। ਸੋ ਹੁਣ ਮੈਂ ਤੁਹਾਨੂੰ ਮੇਰੇ ਫਰੈਂਡ ਨਾਲ ਮਿਲਾਉਣਾ ਜਿਹਦੇ ਕੋਲ ਮੈਂ ਆਇਆ, ਉਹ ਲੱਗਿਆ ਪਿਆ ਵੇਖ ਪਤਾ ਨਹੀਂ ਕੀ ਕਰੀ ਜਾਂਦਾ। ਹਾਂਜੀ ਸਤਿ ਸ਼੍ਰੀ ਅਕਾਲ, ਜੋ ਵੀ ਬਲੌਗ ਦੇਖ ਰਹੇ ਆ ਸਭ ਨੂੰ ਸਤਿ ਸ਼੍ਰੀ ਅਕਾਲ। ਤਾਂ ਅੱਜ ਜਿਵੇਂ ਵੀ ਬਾਈ ਨੇ ਤੁਹਾਨੂੰ ਦੱਸਿਆ ਹੀ ਹੋਣਾ ਵੀ ਆਪਣੀ ਕਪਾਹ ਬਾਰੇ ਜਾਣਕਾਰੀ ਲੈਣ ਆਇਆ ਬਾਈ, ਤਾਂ ਆਹ ਕਪਾਹ ਦੀ ਖੇਤੀ ਪਹਿਲਾਂ ਲੋਕ ਬਹੁਤ ਕਰਦੇ ਹੁੰਦੇ ਸੀ, ਪਰ ਵਧੀਆ ਬੀਜ ਨਾ ਮਿਲਣ ਕਾਰਨ ਲੋਕ ਛੱਡ ਗਏ ਸੀ ਇਸ ਨੂੰ। ਪਰ ਮੈਨੂੰ ਬੀਜਦੇ ਨੂੰ ਅੱਜ 3 ਤੋਂ 4 ਸਾਲ ਹੋ ਗਏ, ਅਤੇ ਇਹ ਸਾਡੇ ਏਰੀਏ ਦੇ ਵਿੱਚ ਕੀ ਹੈ, ਨਰਮਾ ਸ਼ਾਰਟ ਹੋ ਜਾਂਦਾ ਸੀ, ਬਿਲਟ ਆ ਜਾਂਦੀ ਸੀ, ਨਰਮਾ 2-2.5 ਕੁਇੰਟਲ ਦਾ ਮਸਾਂ ਹੁੰਦਾ ਸੀ ਸਾਰਾ ਖਰਚਾ ਖਾ ਕੇ। ਤਾਂ ਉਦੋਂ ਦਾ ਮੈਂ ਕਪਾਹ ਬੀਜ ਰਿਹਾ, ਤਾਂ ਪਿਛਲੇ ਸਾਲਾਂ 'ਚ ਬਹੁਤ ਵਧੀਆ ਕਪਾਹ ਹੋਈ ਹੈ। ਐਤਕੀ ਦੀ ਗੱਲ ਕਰੀਏ, ਇਦੋਂ ਪਹਿਲਾਂ ਅਸੀਂ ਇੱਕ ਖੇਡ ਚੁੱਕਿਆ ਜਿਹੜਾ 4 ਕੁਇੰਟਲ ਦਾ, ਇਦੋਂ ਪਹਿਲਾਂ ਉੱਠ ਗਿਆ, ਅਤੇ ਹੁਣ ਮੈਨੂੰ ਐਂ ਲੱਗਦਾ ਵੀ 3 ਜਾਂ 4 ਕੁਇੰਟਲ ਪ੍ਰਤੀ ਬਿੱਘਾ ਹੋਰ ਹੋ ਜਾਣੀ ਹੈ, ਫਿਰ ਤਾਂ 8 ਕੁਇੰਟਲ ਦੇ ਹਿਸਾਬ ਨਾਲ ਹੋਜੂਗੀ। ਹਾਂਜੀ, 8 ਕੁਇੰਟਲ ਦੇ ਹਿਸਾਬ ਨਾਲ ਆਰਾਮਦਾਰ ਨਾਲ ਹੋ ਜਾਣੀ ਹੈ। ਅਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ 8,8200 ਦੇ ਅੱਜ ਰੇਟ ਚੱਲ ਰਹੇ ਆ ਇਹਦੇ, ਅਤੇ ਇਸ 'ਤੇ ਮਤਲਬ ਸਪਰੇਆਂ ਵੀ ਹੈ ਜਿਹੜੀ ਆ, ਅਸੀਂ 2 ਜਾਂ 3 ਸਪਰੇਆਂ ਹੋਈਆਂ, ਨਰਮਾ ਸਾਡਾ ਬਰਾਬਰ ਖੜਾ, ਉੱਧਰ ਦੇਖੋ ਤੁਸੀਂ ਨਰਮਾ ਦਿਖਾਓ, ਅਤੇ ਨਰਮੇ 'ਤੇ 8-9 ਸਪਰੇਆਂ ਇਦੋਂ ਪਹਿਲਾਂ ਹੋ ਚੁੱਕੀਆਂ, ਪਰ ਨਰਮਾ ਹੈ ਜਿਹੜਾ 3 ਤੋਂ 4 ਕੁਇੰਟਲ ਮਸਾਂ ਆਉਣਾ, ਜਿਹੜੀ ਪਹਿਲਾਂ ਬਿਲਟ ਦੀ ਸਮੱਸਿਆ ਆਉਂਦੀ ਸੀ ਉਹ ਤਾਂ ਆਉਂਦੀ ਸੀ ਨਰਮੇ 'ਚ, ਇਸ ਵਾਰ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਜਿਹੜੀ ਪਿੰਕ ਬੋਲਵਰਮ ਗੁਲਾਬੀ ਸੁੰਡੀ ਦੀ, ਅਤੇ ਜਿਹਦੇ ਕਰਕੇ ਨਰਮੇ ਮਸਾਂ 2-2.5 ਕੁਇੰਟਲ ਹੋਣਗੇ। ਇਸ ਦੇ ਵਿੱਚ ਬਾਈ ਨਾ ਤਾਂ ਮੱਛਰ ਵਾਲੀ ਸਪਰੇਅ ਕਰੀ ਆਪਾਂ, ਨਾ ਕੋਈ ਫੰਗੀਸਾਈਡ ਕਰਿਆ, ਨਾ ਕੋਈ ਤਾਕਤ ਵਾਲੀ ਕਰੀ ਹੈ, ਸਿਰਫ 3 ਸਪਰੇਆਂ ਕਰੀਆਂ ਸੁੰਡੀ ਵਾਲੀਆਂ, ਇੱਕ ਕੋਰਾਜਨ ਕਰਤੀ ਸੀ, ਇੱਕ ਟ੍ਰੈਸਰ ਕਰਤੀ, ਇੱਕ ਲੈਮਡਾ ਦੀ ਕਰਤੀ ਸੀ। ਮਸਾਂ ਮੰਨ ਲਓ 3 ਸਪਰੇਆਂ ਦਾ 3500-3000 ਖਰਚਾ ਆਇਆ, ਬਸ ਪਾਣੀ ਲਾਇਆ, ਯੂਰੀਆ ਸਿੱਟੀ ਹੈ, ਅਤੇ ਅੱਜ ਤੁਹਾਡੇ ਸਾਹਮਣੇ ਫਸਲ ਦੇਖ ਲਓ ਬਾਈ ਜੀ, 8 ਕੁਇੰਟਲ ਤੋਂ ਕਿਸੇ ਹਿਸਾਬ ਨਾਲ ਵੀ ਇਹ ਘੱਟਦੀ ਨਹੀਂ ਗੀ, ਅਤੇ 8,000 ਰੁਪਏ ਵੀ ਆਪਾਂ ਰੇਟ ਲਾਈਏ ਤਾਂ ਕਿੰਨੇ ਵਧੀਆ ਰੇਟ ਆਪਾਂ ਨੂੰ ਮਿਲ ਜਾਣਗੇ। ਅਤੇ ਸਭ ਤੋਂ ਵੱਡਾ ਸੌਖਾ ਉਹ ਵੀ ਹੈ ਵੀ ਹੁਣ ਅੱਜ ਤੋਂ 15 ਜਾਂ 20 ਦਿਨਾਂ ਬਾਅਦ ਜਿਹੜਾ ਆਪਣਾ ਵਾਹਣ ਵਿਹਲਾ ਆ ਜੂ, ਅਤੇ ਬਾਅਦ ਕੇ ਆਪਾਂ ਸਰ੍ਹੋਂ ਬੀਜ ਸਕਦੇ ਹਾਂ ਇਹਦੇ ਵਿੱਚ। ਨਰਮੇ ਨਾਲ ਤਾਂ ਫਿਰ ਬਹੁਤ ਵਧੀਆ ਚੀਜ਼ ਹੈ ਇਹ, ਨਰਮੇ ਨਾਲ ਤਾਂ ਬਾਈ ਜੀ ਬਹੁਤ, ਬਸ ਮਾੜਾ ਇੰਨਾ ਕਿ ਕੋਈ ਆਪਣੇ ਚੁਗਾਰੇ ਲਿਆਉਣੇ ਚੁਗਣ ਵਾਲੇ ਉਹ ਘੱਟ ਚੁਗਦੇ ਨੂੰ, ਕੋਈ ਚੱਕਰ ਨਹੀਂ ਬਾਈ ਜੀ, ਘੱਟ ਚੁਗਦੇ ਤਾਂ 2 ਰੁਪਏ ਫਾਲਤੂ ਦਿਓ ਉਹਨਾਂ ਨੂੰ, 3 ਰੁਪਏ ਫਾਲਤੂ ਦੇ ਦਿਓ ਨਰਮੇ 'ਚ, ਨਹੀਂ ਤਾਂ ਫਿਰ ਵੀ ਹੋ ਜਾਣੀ ਹੈ। ਨਰਮੇ 'ਤੇ ਮਤਲਬ ਆਪਾਂ 8 ਸਪਰੇਆਂ, ਮੈਂ 9 ਸਪਰੇਆਂ ਕਰੀਆਂ ਉਸ ਨਰਮੇ 'ਤੇ, 9 ਸਪਰੇਆਂ ਦੇ ਵਿੱਚ ਆਪਾਂ 4 ਸਪਰੇਆਂ ਦਾ ਪੈਸਾ ਆਪਾਂ ਇਹਨਾਂ ਨੂੰ ਦੇ ਦਿਆਂਗੇ। ਸਹੀ ਗੱਲ ਹੈ, ਸਹੀ ਗੱਲ ਹੈ, ਨਾਲੇ ਵਿਚਾਰੇ ਗਰੀਬ ਖੁਸ਼, ਨਾਲੇ ਆਪਣਾ ਕੰਮ ਸਰ ਜਾਂਦਾ। ਸਹੀ ਗੱਲ ਹੈ, ਸਾਰੇ ਕੰਮ ਹੀ ਰਲਦੇ ਨਾ, ਉਹ ਵੀ ਚੀਜ਼ ਦੇਖੋ ਤੁਸੀਂ, ਵਾਹਣ ਵੀ ਤਾਂ ਛੇਤੀ ਵਿਹਲਾ ਹੁੰਦਾ ਨਾ ਆਪਣਾ, ਸਰੋਂ ਬੀਜੀ ਹੋ ਗਈ ਸੀ, ਵਾਹਣ ਪਹਿਲਾਂ ਵਿਹਲਾ ਹੋ ਜੂ ਇਹ, ਤੇ ਆਪਾਂ ਆਰਾਮ ਦੇ ਨਾਲ ਸਰੋਂ ਇਹ 'ਚ ਬਿਜਾਈ ਕਰ ਸਕਦੇ ਹਾਂ। ਹਾਂਜੀ ਹਾਂਜੀ, ਤੇ ਸਾਰੇ ਜਿੰਨੇ ਵੀ ਕਿਸਾਨ ਮਿੱਤਰ ਜਿਹਨੇ ਆਪਣੀ ਮੇਰੀ ਗੱਲ ਸੁਣ ਰਹੇ ਆ, ਸਭ ਨੂੰ ਕਹਿਣਾ ਵੀ ਜਿਹਦੇ ਕੋਲ 10 ਬੀਘੇ ਵਾਹਣ ਤੇ 5 ਕਿੱਲੇ ਜਿਹੜੀ ਹੈ ਅਗਲੇ ਸਾਲ ਕਪਾਹ ਜ਼ਰੂਰ ਬੀਜਣ। ਤੇ ਆਪਾਂ ਬਾਈ ਝੋਨਾ ਵੀ ਲਾਇਆ ਹੋਇਆ? ਹਾਂ, ਆਪਣੇ ਕੋਲ ਝੋਨਾ ਵੀ ਹੈ ਬਾਈ ਜੀ, ਗਵਾਰਾ ਵੀ ਸੀਗਾ, ਨਰਮਾ ਵੀ ਹੈ, ਬਾਗ ਵੀ ਹੈ, ਫਸਲਾਂ ਸਾਰੀਆਂ ਹੀ ਹੈ, ਪਰ ਮੈਨੂੰ ਸਭ ਤੋਂ ਸ਼ਾਨਦਾਰ ਫਸਲ ਜਿਹੜੀ ਉਹ ਕਪਾਹ ਦੀ ਵਧੀਆ ਲੱਗੀ, ਥੋੜ੍ਹੇ ਦਿਨਾਂ ਦੀ ਵਰਾਇਟੀ ਹੈ, ਅਤੇ ਜਿਹੜੀਆਂ ਹੁਣ ਜਿਹੜੀਆਂ ਵਰਾਇਟੀਆਂ ਚੱਲ ਰਹੀਆਂ ਇਹ ਡਿੱਗਦੀਆਂ ਹੀ ਬਹੁਤ ਘੱਟ ਹੈ, ਪਹਿਲਾਂ ਲੋਕ ਐਸੇ ਕਰਕੇ ਬੀਜਣਾ ਛੱਡ ਗਏ ਸੀ ਵੀ ਇਹ ਹਨੇਰੀ ਆ ਜਾਂਦੀ ਹੈ, ਥੱਲੇ ਢੇਰ ਲੱਗ ਜਾਂਦਾ ਸੀ, ਚੜ ਜਾਂਦੀ ਸੀ, ਹੁਣ ਇਦੋਂ ਪਹਿਲਾਂ ਇਹ ਨਹੀਂ ਪਿਆ, ਇਹਦੇ ਉੱਤੇ ਪਿਆ ਦੇਖੋ, ਚਿੱਟੀ ਖੜੀ ਨੇ ਜਮਾਂ, ਥੱਲੇ ਵੀ ਕੋਈ ਫੁੱਟ ਨਹੀਂ ਡਿੱਗਿਆ ਹੋਇਆ, ਥੱਲੇ ਨਹੀਂ ਡਿੱਗੀ, ਇਹ ਅੱਜ ਕੱਲ੍ਹ ਜਿਹੜੇ ਬੀਜ ਚੱਲਦੇ ਆ ਉਹ ਸਾਰੇ ਵਧੀਆ ਬੀਜ ਚੱਲਦੇ ਆ।
ਤੇ ਲੇਬਰ ਵੀ ਹੁਣ ਵਧੀਆ ਚਾਹ ਕੇ ਚੁਗਦੀ ਆ ਹੁਣ ਕਿਉਂ ਬਰਾਬਰ ਹੁਣ ਨਰਮਾ ਦੇਖੋ ਦਿਖਾਓ ਤੁਸੀਂ ਇੱਕ ਵੀ ਫੁੱਟ ਨਹੀਂ ਖਿੜਾਇਆ ਨਰਮੇ ਦੇ ਇੱਕ ਵੀ ਤੇ ਕਪਾਹ ਤੋਂ ਪਹਿਲਾਂ ਨਰਮਾ ਬੀਜਿਆ ਹੋਇਆ ਸਭ ਨਰਮਾ ਜਿੰਨਾ ਹੈਗਾ ਸਾਰਾ ਕਾਣਾ ਪਰ ਇਹਦੇ ਵਿੱਚ ਕਿਤੇ ਤੁਹਾਨੂੰ ਸੁੰਡੀ ਦੇਖਣ ਨੂੰ ਨਹੀਂ ਮਿਲੂਗੀ ਹਾਂ ਹਾਂ ਸਹੀ ਗੱਲ ਹੈ ਜੀ ਸੁੰਡੀ ਤਾਂ ਹੈ ਨਹੀਂ ਜਮੇ ਵੀ ਹਾਂਜੀ ਨਰਮੇ ਜ਼ਿਆਦੇ ਆ ਤਕੜੇ ਹਾਂ ਨਰਮੇ 'ਚ ਬਹੁਤ ਜ਼ਿਆਦਾ ਸੁੰਡੀ ਇਹ ਹੁਣ ਬਾਈ ਤੇ ਆਪਾਂ ਨਰਮੇ 'ਚ ਆ ਗਏ ਹਾਂ ਨਰਮਾ ਤਾਂ ਵੈਸੇ ਠੀਕ ਹੈ ਤਾਂ ਵੀ ਸੁੰਡੀ ਤਾਂ ਕੋਈ ਟਿੰਡੇ 'ਚ ਹੈਗੀ ਹੈ ਵੈਸੇ ਜ਼ਿਆਦਾ ਹੈ ਨਹੀਂ ਗੀ ਪਰ ਇੱਥੇ ਸਾਡੇ ਕਈਆਂ ਦੇ ਬਿਲਕੁਲ ਹੀ 90% ਸੁੰਡੀ ਹੈ ਨਰਮੇ 'ਚ 90% ਟਿੰਡਿਆਂ 'ਚ ਇਹਦੇ ਕੋਈ ਇੱਕ ਜਾਣੀ ਕਿ ਇੱਕ ਬੂਟੇ ਤੋਂ ਵੱਧ ਤੋਂ ਵੱਧ 2 ਟਿੰਡਿਆਂ 'ਚ ਸੁੰਡੀ ਆ ਬਾਕੀ ਟਿੰਡੇ ਸਾਰੇ ਸਹੀ ਆ ਅਤੇ ਨਰਮਾ ਖਿੜਿਆ ਵੀ ਚੰਗਾ ਪਿਆ ਅਤੇ ਆਹ ਹੁਣ ਤੁਸੀਂ ਗੱਲ ਕਰ ਲਓ ਹਾਂ ਬਾਈ ਨਰਮਾ ਬਾਈ ਆਪਣਾ ਵਧੀਆ ਠੀਕ ਹੈ ਹਰਾ ਖੜਾ ਹੈਗਾ ਪਰ ਇਹਨਾਂ ਵੀ ਥੋੜ੍ਹੀ ਖਿੱਚ ਲੈ ਕਿ ਜ਼ਿਆਦਾ ਖਾ ਗਿਆ ਇਹ ਖਰਚਾ ਜ਼ਿਆਦਾ ਖਾ ਗਿਆ ਬਹੁਤ ਜ਼ਿਆਦਾ ਖਾ ਗਿਆ ਖਾ ਗਿਆ ਬਹੁਤ ਜ਼ਿਆਦਾ ਫਿਰ ਜਾ ਕੇ ਕਿਤੇ ਤੁਸੀਂ ਵੇਖਿਆ ਹੀ ਹੋਣਾ ਹੁਣ ਨਰਮਾ ਜਿੰਨਾ ਕਿੰਨੇ ਸ਼ਾਟ ਮਾਰ ਗਏ ਸਾਰੇ ਨਰਮੇ ਇਹ ਆਪਣਾ ਹਜੇ ਤੱਕ ਨਰਮਾ ਵਧੀਆ ਹਰਾ ਖੜਾ ਹੈਗਾ ਤੇ ਸੁੰਡੀ ਵੀ ਹੈਗੀ ਪਰ ਹੈ ਕਿਤੇ ਕਿਤੇ ਤੇ ਆਪਾਂ ਨੂੰ ਕਿੰਨਾ ਖਾ ਸਕਦਾ ਇਹ ਆਪਣੇ ਪਹਿਲੀ ਚੋਰ ਚੁਗਾ ਦੇ ਪਹਿਲੀ ਚੋਣੀ ਤਾਂ ਬਾਈ ਜੀ ਮੈਨੂੰ ਲੱਗਾ 3 ਕੁਇੰਟਲ ਦਾ ਮਸਾਂ ਹੀ ਆਉਣਾ 3.25-3 ਕੁਇੰਟਲ ਦਾ ਮਸਾਂ ਆਊਗਾ ਹਾਂ 3 ਦਾ ਆ ਗਿਆ ਚੱਲ 2.5 ਤੋਂ ਉੱਤੇ ਹੋਰ ਹੋਊਗਾ 5-5.5 ਦਾ ਹੋ ਜੂ ਮੇ ਨਾ ਬਸ ਇੰਨਾ ਕੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਬਾਈ ਜੀ ਕਿਉਂ ਐਤਕੀ ਹਾਲਾਤ ਮਾੜੇ ਹੀ ਆ ਨਰਮੇ ਦੇ ਹਾਂ ਹਾਂ ਉਵੇਂ ਬਾਕੀ ਕਈਆਂ ਤਾਂ ਬਾਈ 90% ਸੁੰਡੀ ਹੈ ਹਾਂ ਤੇਰੇ ਤਾਂ ਫਿਰ ਵੀ ਠੀਕ ਆਏ ਤੇ ਬਹੁਤ ਹੈ ਤੇ ਹਾਂ ਉਵੇਂ ਆਪਣੇ ਹਜੇ ਤੱਕ ਸੁੰਡੀ ਵਾਲੇ ਤਾਂ ਠੀਕ ਹੈ ਤੁਸੀਂ ਦੱਸੀ ਇਹਨਾਂ ਨਾਲ ਵੀ ਜਿੰਨਾ ਖਰਚਾ ਵੀ ਤਾਂ ਬਹੁਤ ਜ਼ਿਆਦਾ ਖਾ ਗਿਆ ਨਾ ਹਾਂ ਸਪਰੇਹਾਂ ਬਹੁਤ ਹੋ ਗਈਆਂ ਨਾ ਮਹਿੰਗੀਆਂ ਤੇ ਮਹਿੰਗੀਆਂ ਸਪਰੇਹਾਂ ਹੋ ਗਈਆਂ ਫਿਰ ਜਾ ਕੇ ਕਿਤੇ ਮਾੜਾ ਮੋਟਾ ਸੈੱਟ ਬੈਠਾ ਹਾਂ ਹੁਣ ਤਾਂ ਇਹਨਾਂ ਵੀ ਕੋਈ ਲੇਬਰ ਮਿਲ ਜੇ ਤੈਨੂੰ ਚੋਕ ਲਈਏ ਬਸ ਸਹੀ ਗੱਲ ਹੈ ਆਈ ਹੈ ਹੁਣ ਚੱਲਦੇ ਆਪਾਂ ਬਾਈ ਉਧਰ ਆਪਾਂ ਝੋਨੇ ਚ ਆਪਾਂ ਝੋਨੇ ਵਾਲੀ ਦੇਖ ਹਾਂ ਠੀਕ ਹੈ ਬਾਈ ਚਲੋ ਬਾਈ ਜੀ ਆਪਾਂ ਆ ਗਏ ਝੋਨੇ 'ਚ ਇਹ ਇਹਨੇ ਦੂਜੇ ਘਰ ਵਾਲਾ ਦਾ ਬਾਗ ਹੈ ਬਾਗ 'ਤੇ ਵੀ ਚੰਗਾ ਫਲ ਲੱਗਿਆ ਜੀ ਤਿਕੜੇ ਅਤੇ ਆਹ ਬਾਈ ਦਾ ਝੋਨਾ ਹੈ ਬਾਈ ਅੱਗੇ ਗਿਆ ਵੈ ਖਾਲ ਖੁਲ ਨੱਕੇ ਨੁੱਕੇ ਬੰਨਦਾ ਕਿਤੇ ਅਤੇ ਤੁਹਾਨੂੰ ਮਿਲਾਉਣੇ ਆ ਉਹਦੇ ਨਾਲ ਇਹ ਬਾਗ ਹੈ ਜੀ ਦੇਖ ਲਓ ਬਾਗ ਵੀ ਬਹੁਤ ਵਧੀਆ ਇਹਨਾਂ ਦਾ ਉਹ ਖੜਾ ਬਾਗ ਦੇ ਫਲ ਵੀ ਚੰਗਾ ਐਤਕੜੇ ਨਾ ਕੀ ਕਰੀਏ ਨਾ ਬਸ ਆਹ ਫੱਟੀਆਂ ਬੰਦ ਕਰਦੇ ਬਾਈ ਜੀ ਪਾਣੀ ਬੰਦ ਕਰਿਆ ਝੋਨੇ ਚ 10-15-20 ਦਿਨਾਂ ਬਾਅਦ ਇਹਦੀ ਕਟਾਈ ਕਰ ਲਾਂਗੇ ਹੁਣ ਇਹਦੇ ਚ ਪਾਣੀ ਲਾਉਣਾ ਨਹੀਂ ਨਾ ਹੁਣ ਨਹੀਂ ਪਾਣੀ ਲਾਉਣਾ ਮੁੰਜਾਂ ਪੂਰੀਆਂ ਵਧੀਆ ਸੁਨਹਿਰੀ ਕਲਰ ਦੀਆਂ ਹੋ ਗਈਆਂ ਕੁਛ ਹਰੀਆਂ ਸੀਗੀਆਂ ਤੇ ਕੱਲ ਲਾਇਆ ਪਾਣੀ ਇਸ ਨੂੰ ਲਾਸਟ ਪਾਣੀ ਅੱਛਾ ਹੁਣ ਆ ਫੱਟੀਆਂ ਸਾਰੀਆਂ ਮਿੱਟੀ ਲਾ ਦਾਂਗੇ ਟਿਕਾ ਕੇ ਜਿਹੜੀ ਕੰਪੈਨ ਕਪੂਨ ਨਾ ਕਬੂਗੇ ਅੱਗੇ ਹਾਂ ਅਗਲੇ ਝੋਨੇ 'ਚ ਪਾਣੀ ਚੱਲਦਾ ਰਹੂਗਾ ਉਹ ਥੋੜੇ ਜਿਹੇ ਲੰਬੇ ਦਿਨਾਂ ਦੀ ਵਰਾਇਟੀ ਸੀਗੀ ਇਹ ਸਭ ਤੋਂ ਪਹਿਲਾਂ ਝੋਨਾ ਲੱਗਿਆ ਸੀ ਆਹ ਆਪਣਾ ਠੀਕ ਹੈ ਝੋਨਾ ਹੈਗਾ ਇਹਦਾ ਝਾੜ ਵਧੀਆ ਰਹਿੰਦਾ 28-27 ਕੁਇੰਟਲ ਦਾ ਝਾੜ ਰਹਿ ਜਾਂਦਾ ਪਰ ਥੋੜੇ ਜਿਹੇ ਲੰਬੇ ਦਿਨਾਂ ਦੀ ਵਰਾਇਟੀ ਆਹ ਹਾਂ ਐਤਕੀ ਆਪਣੇ ਇਸ ਵਾਰ ਕੀ ਥੋੜੀ ਜਿਹੀ ਬਰਸਾਤਾਂ ਬਰਸੂਤਾਂ ਹੋ ਗਈਆਂ ਤੇ ਕੱਦ ਥੋੜਾ ਜ਼ਿਆਦਾ ਕਰ ਗਿਆ ਇਹ ਹੁਣ ਇਹਨੂੰ ਪਾਣੀ ਬੰਦ ਕਰਤਾ ਬਸ 10-15 ਦਿਨਾਂ ਬਾਅਦ ਇਹਦੀ ਕਟਾਈ ਕਰ ਲਾਂਗੇ ਅੱਜ ਅਸੀਂ ਫੱਟੀਆਂ ਲਾ ਚੁੱਕੇ ਹਾਂ ਬਸ ਇਹ ਦੂਬਾ ਬਸ ਇਹਨੂੰ ਪਾਣੀ ਪੂਣਾ ਪਵੇ ਚ ਹਾਂ ਵਧੀਆ ਲਾ ਦੇ ਲੇਟ ਲਾਇਆ ਵੀ ਅੱਗੇ ਕਣਕ ਦੀ ਆਪਣੀ ਰੋਣੀ ਨਾ ਕਰਨੀ ਪਵੇ ਹਾਂ ਬਸ ਆਹੀ ਕਟਾਈ ਕਰਕੇ ਤੇ ਪਰਾਲੀ ਦੀ ਗੱਠਾ ਬਣਵਾ ਕੇ ਚਕਾ ਦਾਂਗੇ ਉਦੋਂ ਬਾਅਦ ਰੋਟਾਵੇਟਰ ਮਾਰ ਕੇ ਕਣਕ ਦੀ ਬਿਜਾਈ ਸਟਾਰਟ ਕਰ ਦਾਂਗੇ ਬਸ ਫਿਰ ਆਪ ਸਪੈਸ਼ਲ ਕਣਕ ਨੂੰ ਪਾਣੀ ਲਾਉਣਾ ਪੈਂਦਾ ਤਾਂ ਕਰਕੇ ਇਸ ਕਰਕੇ ਲੇਟ ਪਾਣੀ ਲਾਇਆ ਠੀਕ ਹੈ ਪਹਿਲਾਂ ਵੀ ਆਪਾਂ ਪਾਣੀ ਬੰਦ ਕਰ ਦੇਣਾ ਹਾਂ ਹਾਂ